ਸਿਟੀ ਲੋਕ ਪੰਜਾਬ ਸਭਿਤ ਹੈ ਤੋਂ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਸ਼ਾਹਪੁਰ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਮੌਜੂਦਾ ਸਰਪੰਚ ਜਿਹੜੇ ਕਿ ਕਾਂਗਰਸ ਵੱਲੋਂ ਨੇ ਸ਼੍ਰੀਮਤੀ ਸੁਖਵਿੰਦਰ ਕੌਰ ਜੀ, ਵਾਈਫ ਆਫ ਗੁਰਮੇਲ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਉਹਨਾਂ ਦੇ ਨਾਲ ਬੈਠੇ ਹਾਂ। ਅਤੇ ਸਾਡੇ ਨਾਲ ਸੁਖਵਿੰਦਰ ਕੌਰ ਜੀ ਦੇ ਹਸਬੈਂਡ ਅਤੇ ਸਰਦਾਰ ਗੁਰਮੇਲ ਸਿੰਘ ਜੀ ਮੌਜੂਦ ਹਨ। ਅਤੇ ਅਸੀਂ ਉਹਨਾਂ ਕੋਲੋਂ ਉਹ ਸਾਰੇ ਸਵਾਲ ਪੁੱਛਾਂਗੇ ਜਿਹੜੇ ਕਿ ਅਸੀਂ ਸਾਰੇ ਪੰਜਾਬ ਵਿੱਚ ਸਾਡਾ ਸਰਵੇ ਚੱਲ ਰਿਹਾ ਹੈ ਅਤੇ ਅਸੀਂ ਬਾਕੀ ਵੀ ਸਰਪੰਚਾਂ ਦੇ ਕੋਲੋਂ ਪੁੱਛ ਰਹੇ ਹਾਂ। ਅਤੇ ਅਸੀਂ ਇਹਨਾਂ ਕੋਲੋਂ ਹੀ ਪੁੱਛਾਂਗੇ ਕਿ ਇਹਨਾਂ ਦੇ ਪਿੰਡ ਵਿੱਚ ਅੱਜ ਤੱਕ ਕਿੰਨਾ ਕੁ ਵਿਕਾਸ ਜਿਹੜਾ ਹੈ ਉਹ ਹੋ ਚੁੱਕਿਆ ਹੈ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸਰਦਾਰ ਗੁਰਮੇਲ ਸਿੰਘ ਜੀ ਦੇ ਨਾਲ ਜਿਹੜੇ ਕਿ ਪਿੰਡ ਸ਼ਾਹਪੁਰ ਤੋਂ ਸਰਪੰਚ ਨੇ ਇਸ ਵਕਤ ਮੌਜੂਦ। ਹਾਂਜੀ ਸਰ, ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਹਲਕੇ ਦੇ MLA ਅਤੇ ਜਿਹੜੇ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਕੁਛ ਕਹਿਣਾ ਚਾਹੋ? ਸਭ ਤੋਂ ਪਹਿਲਾਂ ਤਾਂ ਹਲਕਾ ਡੇਰਾ ਬਾਬਾ ਨਾਨਕ ਦੇ MLA ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਦਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਫੰਡ ਮੁਹੱਈਆ ਕਰਾਏ, ਅਸੀਂ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਅਤੇ ਕੁਛ ਜੋ ਇੱਕ ਤੇ ਕੰਮ ਰਹਿ ਗਿਆ ਉਹਦੇ ਬਾਰੇ ਵੀ ਉਹਦਾ ਵਸਾ ਨਹੀਂ ਪਿਆ ਵੀ ਜਲਦੀ ਤੋਂ ਜਲਦੀ ਤੁਹਾਡੇ ਕੰਮ ਕਰਵਾਏ। ਠੀਕ ਹੈ। ਅਤੇ ਹੋਰ ਸਰ, ਆਪਣੇ ਪਿੰਡ ਵਾਸੀਆਂ ਨੂੰ ਤੁਸੀਂ ਕਹਿਣਾ ਚਾਹੋ? ਪਿੰਡ ਵਾਸੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਆਪਣੀ ਸਾਰੀ ਗ੍ਰਾਮ ਪੰਚਾਇਤ ਦਾ, ਮੈਂਬਰਾਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਅਤੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਖਸਤਾ ਗਲੀਆਂ ਨਾਲੀਆਂ ਦੀ ਹਾਲਤ ਸੀ ਜੋ ਕਿ ਹੁਣ ਬਿਲਕੁਲ ਇੰਟਰਲਾਕ ਲਾ ਕੇ ਔਰ ਕੁਛ ਕੰਕਰੀਟ ਪਾ ਕੇ ਬਿਲਕੁਲ ਗਲੀਆਂ ਨਾਲੀਆਂ ਵਧੀਆ ਤਰੀਕੇ ਨਾਲ ਬਣਾਈਆਂ। ਠੀਕ। ਅੱਛਾ ਸਰ, ਹੁਣ ਮੈਨੂੰ ਇਹ ਦੱਸੋ ਤੁਸੀਂ ਕਿ ਆਪਣੇ ਜਦੋਂ ਤੁਸੀਂ ਸਰਪੰਚ ਬਣੇ ਸੀ ਅਤੇ ਪਿੰਡ ਦੀ ਜਿਹੜੀ ਸ਼ਮਸ਼ਾਨ ਘਾਟ ਹੈ ਉਹਦੀ ਕੰਡੀਸ਼ਨ ਕੀ ਸੀ? ਸਭ ਤੋਂ ਪਹਿਲਾਂ ਤਾਂ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਬਹੁਤ ਖਰਾਬ ਸੀ, ਬਿਲਕੁਲ ਕੱਚਾ ਸੀ ਔਰ ਘਾਹ ਹੋ ਗਿਆ ਸੀ। ਸੋ ਹੁਣ ਪਿੰਡ ਦੇ ਸਹਿਯੋਗ ਦੇ ਨਾਲ ਅਤੇ ਕੈਬਨਿਟ ਮੰਤਰੀ ਦੇ ਸਹਿਯੋਗ ਨਾਲ ਜੋ ਰਸਤਾ ਜਾ ਰਿਹਾ ਸ਼ਮਸ਼ਾਨ ਘਾਟ ਨੂੰ, ਔਰ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਨੰਬਰ 2 ਜੋ ਸਾਡੇ ਪਿੰਡ ਦਾ ਛੱਪੜ ਸੀ, ਉਸ ਦੇ ਆ 4 ਸਵੇਰੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਸਭ ਤੋਂ ਪਹਿਲਾਂ ਉਹ ਕਬਜ਼ਾ ਛਡਾਇਆ ਗਿਆ ਅਤੇ ਚਾਰ ਸਵੇਰੇ ਛੱਪੜ ਦੇ ਪਾਰਕ ਬਣਾਇਆ ਗਿਆ, ਛੱਪੜ ਦੀ ਚਾਰਦੁਆਰੀ ਕੀਤੀ ਗਈ ਅਤੇ ਉਸਦੇ ਦੁਆਲੇ ਜੋ ਕਿ ਤੁਸੀਂ ਦੇਖ ਹੀ ਲਿਆ ਹੈ ਕਿ ਵਧੀਆ ਤਰੀਕੇ ਨਾਲ ਫੈਂਸਿੰਗ ਲਾਈ ਗਈ ਹੈ। ਠੀਕ ਹੈ। ਅਤੇ ਹੁਣ ਮਤਲਬ ਇਹ ਸਾਰਾ ਪੰਚਾਇਤ ਵੱਲੋਂ ਕੀਤਾ ਗਿਆ ਜੀ? ਇਹ ਸਾਰਾ ਜੀ ਬਿਲਕੁਲ ਕੈਬਨਿਟ ਮੰਤਰੀ ਦੇ ਸਹਿਯੋਗ ਨਾਲ, ਜੋ ਕਿ ਫੰਡ ਮੁਹੱਈਆ ਹੋਏ ਹਨ ਉਸ ਉਹਨਾਂ ਦੇ ਸਹਿਯੋਗ ਨਾਲ ਹੀ ਹੋਇਆ। ਠੀਕ ਹੈ ਜੀ। ਅਤੇ ਅੱਛਾ ਸਰ, ਆਪਣੇ ਇਸ ਤੋਂ ਇਲਾਵਾ ਗੰਦੇ ਆਪਣੇ ਵਾਟਰ ਸਪਲਾਈ ਦਾ ਕਿੱਦਾਂ ਪਹਿਲਾਂ ਤੇ ਵਾਟਰ ਸਪਲਾਈ ਦਾ? ਵਾਟਰ ਸਪਲਾਈ ਜੋ ਹੈ ਉਹ ਜੋ ਜਿਸ ਦੀ ਰਿਕੁਆਇਰਮੈਂਟ ਸੀ ਉਹਨਾਂ ਦੇ ਘਰ ਕਨੈਕਸ਼ਨ ਦਿੱਤੇ ਗਏ ਹਨ ਅਤੇ ਦੂਸਰਾ ਜੋ ਛੱਪੜ ਦਾ ਨਿਕਾਸ ਆ ਉਹ ਪਰਮਾਨੈਂਟ ਡਰੇਨ ਦੇ ਵਿੱਚ ਸੀਵਰੇਜ ਪਾਇਆ। ਅੱਛਾ ਜੀ, ਉਹ ਜਾਂਦਾ ਹੈ। ਹਾਂਜੀ ਠੀਕ ਹੈ। ਅਤੇ ਸਰ, ਸਟਰੀਟ ਲਾਈਟਾਂ ਲੱਗੀਆਂ ਨੇ ਆਪਣੇ ਪਿੰਡ? ਸਟਰੀਟ ਲਾਈਟਾਂ ਦਾ ਵੀ ਪ੍ਰੋਜੈਕਟ ਚੱਲ ਰਿਹਾ, ਸੋ ਸਟਰਾਈਕ ਕਰਕੇ ਅਜੇ ਥੋੜ੍ਹਾ ਡਿਲੇ ਹੋ ਗਿਆ, ਜਲਦੀ ਤੋਂ ਜਲਦੀ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ। ਅੱਛਾ, ਮਨਜ਼ੂਰ ਹੋ ਗਈਆਂ ਨੇ? ਹਾਂਜੀ ਠੀਕ ਹੈ। ਕਿੰਨੀਆਂ ਹੋਈਆਂ ਮਨਜ਼ੂਰ ਜੀ? ਇਹ ਕਿੰਨੀ ਕੁ ਰਿਕੁਆਇਰਮੈਂਟਾਂ ਦੇ ਹਿਸਾਬ ਨਾਲ ਲੱਗ ਜਾਣਗੀਆਂ। ਠੀਕ ਹੈ। ਅਤੇ ਸਰ, ਆਪਣੇ ਪਿੰਡ ਦੇ ਵਿੱਚ ਕੋਈ ਜੰਜ ਘਰ ਜਾਂ ਪੰਚਾਇਤ ਘਰ ਜਾਂ ਧਰਮਸ਼ਾਲਾ ਹੋਏ? ਆਪਣੇ ਪਿੰਡ ਦੇ ਵਿੱਚ ਨਾ ਤਾਂ ਕੋਈ ਧਰਮਸ਼ਾਲਾ ਅਤੇ ਨਾ ਹੀ ਜੰਜ ਘਰ। ਅੱਛਾ ਜੀ, ਪੰਚਾਇਤ ਘਰ ਹੈਗਾ? ਨਹੀਂ, ਪੰਚਾਇਤ ਘਰ। ਅੱਛਾ, ਕੁਛ ਵੀ ਨਹੀਂ ਹੈਗਾ ਤਿੰਨਾਂ 'ਚ? ਸਾਡੇ ਪਿੰਡ ਗੁਰਦੁਆਰਾ ਸਾਹਿਬ ਹੈ, ਡਬਲ ਸਟੋਰੀ ਆ, ਔਰ ਗੁਰਦੁਆਰਾ ਸਾਹਿਬ ਦੇ ਨੀਚੇ ਲੰਗਰ ਹਾਲ ਬਣਾਇਆ ਗਿਆ ਜੋ ਕਿ ਕੋਈ ਵੀ ਕਿਸੇ ਦੀ ਵੀ ਕੋਈ ਖੁਸ਼ੀ ਦਾ ਜਾਂ ਗਮੀ ਦਾ ਹੁੰਦਾ ਤਾਂ ਉਸ ਟਾਈਮ ਉੱਥੇ ਗੁਰਦੁਆਰਾ ਸਾਹਿਬ ਪ੍ਰਬੰਧ ਕੀਤਾ ਜਾਂਦਾ ਹੈ। ਅੱਛਾ ਜੀ, ਠੀਕ ਹੈ। ਅਤੇ ਸਰ, ਆਪਣੇ ਇਹ ਜਿਹੜੀ ਸਕੀਮ ਆਈ ਹੈ ਹੁਣ ਕੈਟਲ ਸ਼ੈੱਡ ਦੀ, ਅਤੇ ਕਿੰਨੇ ਕੈਟਲ ਸ਼ੈੱਡ ਆਪਾਂ ਬਣਵਾਏ ਨੇ ਪਿੰਡ ਦੇ ਵਿੱਚ ਕਿ ਜਿਹੜੇ ਆਪਣੇ ਤਿਆਰ ਹੋ ਚੁੱਕੇ ਹੋਣ ਜਾਂ ਕੰਮ ਚੱਲਦਾ ਹੋਵੇ? ਕੈਟਲ ਸ਼ੈੱਡ ਜੀ ਆਪਾਂ ਸ਼ਾਹਪੁਰ ਦੇ ਵਿੱਚ ਜਿੰਨਾ ਜਿੰਨਾ ਜਿਹੜੇ ਗਰੀਬ ਸੀ ਉਹਨਾਂ ਦੇ 7 ਕੁ ਸ਼ੈੱਡ ਕੈਟਲ ਸ਼ੈੱਡ ਬਣ ਚੁੱਕੇ ਹਨ ਔਰ ਕੁਛ ਅਜੇ ਡਿਮਾਂਡ ਹੋਰ ਭੇਜੀ ਗਈ ਹੈ। ਅੱਛਾ, ਪਹਿਲਾਂ ਮਤਲਬ ਤੁਸੀਂ 7 ਹੀ ਹਾਲੇ ਭੇਜੇ? 7 ਬਣ ਰਹੇ ਨੇ, ਪੂਰੇ ਕੰਪਲੀਟ ਹੋ ਗਏ? ਕੰਪਲੀਟ ਹੋ ਗਏ ਨੇ। ਹਾਂਜੀ ਠੀਕ ਹੈ ਸਰ। ਅਤੇ ਸਰ, ਤੁਹਾਡੇ ਇੱਧਰ ਪਖਾਨਿਆਂ ਦੀ ਸਕੀਮ ਆਈ ਹੈ ਜੀ, ਜਿਹੜੇ ਪਖਾਨੇ ਬਣਾਉਣ ਦੀ? ਸਾਡੇ ਜਿਹੜੇ ਕਿ ਸੜਕਾਂ ਦੇ ਉੱਤੇ ਬਣਾਉਣ ਦੇ ਵਾਸਤੇ ਸਾਡੇ ਜਿਹੜੀਆਂ ਫਲੈਸ਼ ਦੀ ਸਕੀਮ ਸੀ ਉਹ ਜਿਹੜੇ ਜਿਹੜੇ ਲੋੜਵੰਦ ਸੀ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਫਲੈਸ਼ ਦੀ
ਜ਼ਰੂਰਤ ਹੀ ਉਹਨਾਂ ਦੀਆਂ ਫਲੈਸ਼ਾਂ ਬਣਾਈਆਂ ਗਈਆਂ ਨਹੀਂ ਉਹ ਨਹੀਂ ਰੋਡ ਦੇ ਉੱਤੇ ਹਾਂ ਰੋਡ ਦੇ ਉੱਤੇ ਅਜੇ ਤੱਕ ਨਹੀਂ ਬਣਾਈ ਗਈ ਰੋਡ ਦੀ ਰਿਕੁਆਇਰਮੈਂਟ ਹੈਗੀ ਆ ਆਈ ਹੈ ਨਾ ਹਾਂਜੀ ਉਹ ਵੀ ਜਲਦੀ ਜਲਦੀ ਬਣਾਈ ਜਾਏਗੀ ਠੀਕ ਹੈ ਉਹ ਵੀ ਮਤਲਬ ਬਣਾਈ ਜਾਏਗੀ ਹਾਲੇ ਮਤਲਬ ਨਹੀਂ ਬਣਾਈ ਨਹੀਂ ਅਜੇ ਅਤੇ ਸਰ ਆਪਣੇ ਪਿੰਡ 'ਚ ਸਕੂਲ ਕਿੰਨੇ ਨੇ ਸਾਡੇ ਪਿੰਡ ਵਿੱਚ ਸਕੂਲ ਆਪਣਾ ਹੈਗਾ ਮਿਡਲ ਤੱਕ ਮਿਡਲ ਤੱਕ ਅਤੇ ਸਰ ਉਹ ਸਮਾਰਟ ਸਕੂਲ ਬਣਿਆ ਜੀ ਸਮਾਰਟ ਸਕੂਲ ਨਹੀਂ ਸਮਾਰਟ ਸਕੂਲ ਨਹੀਂ ਬਣਿਆ ਨਹੀਂ ਅਤੇ ਆਂਗਣਵਾੜੀ ਸਕੂਲ ਹੈਗਾ ਜੀ ਆਂਗਣਵਾੜੀ ਸਕੂਲ ਹੈ ਅਤੇ ਉਹਦੀ ਕੋਈ ਬਿਲਡਿੰਗ ਅਲੱਗ ਹੈਗੀ ਬਿਲਡਿੰਗ ਅਲੱਗ ਨਹੀਂ ਹੈ ਇਹ ਸਾਡਾ ਦੋਵਾਂ ਪਿੰਡਾਂ ਸ਼ਾਹਪੁਰ ਅਤੇ ਅੰਬਰਗੜ੍ਹ ਦਾ ਇਕੱਠਾ ਹੀ ਸਕੂਲ ਹੈ ਸੋ ਅੰਬਰਗੜ੍ਹ ਪੰਚਾਇਤ ਨੇ ਉੱਥੇ ਆਂਗਣਵਾੜੀ ਬਣਾਇਆ ਠੀਕ ਹੈ ਅਤੇ ਅੱਛਾ ਜੀ ਸਰ ਹੋਰ ਆਪਾਂ ਗੱਲ ਕਰੀਏ ਅਤੇ ਗਰਾਊਂਡ ਕੋਈ ਹੋਵੇ ਆਪਣੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜੋ ਸਕੂਲ ਬਣਾਇਆ ਗਿਆ ਡੇਢ ਕਿੱਲੇ 'ਚ ਉਹ ਉੱਥੇ ਸਕੂਲ ਦੇ ਅੰਦਰ ਹੀ ਗਰਾਊਂਡ ਬਣੀ ਗਰਾਊਂਡ ਹੈਗੀ ਸਰ ਹਾਂਜੀ ਅਤੇ ਉੱਥੇ ਖੇਡਦੇ ਨੇ ਬੱਚੇ ਸਰ ਬਿਲਕੁਲ ਖੇਡਦੇ ਅਤੇ ਪਾਰਕ ਹੈਗੀ ਸਰ ਕੋਈ ਪਾਰਕ ਤੁਹਾਨੂੰ ਦੱਸਿਆ ਵੀ ਛੱਪੜ ਦੇ ਦੁਆਲੇ ਦੁਆਲੇ ਪਾਰਕ ਬਣਾਈ ਆ ਅੱਛਾ ਠੀਕ ਹਾਂਜੀ ਇੰਟਰਲਾਕ ਲਾ ਕੇ ਠੀਕ ਹੈ ਠੀਕ ਹੈ ਅਤੇ ਸਰ ਆਪਣੇ ਓਪਨ ਜਿੰਮ ਦਾ ਸਮਾਨ ਆਪਾਂ ਨੂੰ ਮਿਲਿਆ ਜੀ ਕੀ ਓਪਨ ਜਿੰਮ ਦਾ ਉਹ ਨਹੀਂ ਮਿਲਿਆ ਜੀ ਅਤੇ ਉਹਦਾ ਮਤਾ ਵੀ ਨਹੀਂ ਪਾਇਆ ਤੁਸੀਂ ਜਾਂ ਆਪਣੇ ਮੰਤਰੀ ਸਾਹਿਬ ਨੂੰ ਨਹੀਂ ਮੰਤਰੀ ਸਾਹਿਬ ਨੂੰ ਮਿਲੇ ਆ ਉਹਨਾਂ ਕਿਹਾ ਵੀ ਜਲਦੀ ਜਲਦੀ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਅਤੇ ਅੱਛਾ ਸਰ ਹੁਣ ਆਪਾਂ ਗੱਲ ਕਰੀਏ ਜੀ ਆ ਰਹੀ ਇਲੈਕਸ਼ਨ ਜਿਹੜੀ 2022 ਦੀ ਆ ਅਤੇ ਉਹਦੇ ਸੰਬੰਧਿਤ ਆਪਾਂ ਗੱਲ ਕਰੀਏ ਅਤੇ 2022 ਦੀ ਇਲੈਕਸ਼ਨ ਵਿੱਚ ਤੁਸੀਂ ਕਾਂਗਰਸ ਦੇ ਮੌਜੂਦਾ ਸਰਪੰਚ ਜੇ ਅਤੇ ਕਿੰਨੀ ਕੁ ਸਰ ਤੁਸੀਂ ਵੋਟ ਜਿਹੜੀ ਹੈ ਇਹ ਕਾਂਗਰਸ ਨੂੰ ਪਵਾਓਗੇ ਆਪਣੇ ਪਿੰਡੋਂ ਅਤੇ ਜਿਹੜਾ ਤੁਹਾਡਾ ਬੂਥ ਹੈ ਉਹ ਕਿੰਨੇ ਕੁ ਪਰਸੈਂਟ 'ਤੇ ਜਿੱਤੇਗਾ ਸਾਡੇ ਤਾਂ ਪਹਿਲਾਂ ਤਾਂ ਜ਼ਿਆਦਾ ਅਕਾਲੀ ਦਲ ਦਾ ਹੀ ਬੂਥ ਜਿੱਤਦਾ ਰਿਹਾ ਅੱਛਾ ਜੀ ਅਤੇ ਹੁਣ ਐਮ ਪੀ ਦੀ ਇਲੈਕਸ਼ਨ ਦੇ ਵਿੱਚ ਬਿਲਕੁਲ ਬਰਾਬਰ ਆ ਗਏ ਸੀ ਅਤੇ ਹੁਣ ਪਿੰਡ ਦਾ ਵਿਕਾਸ ਕੀਤਾ ਗਿਆ ਅਤੇ ਐਤਕੀ ਪੂਰੀ ਉਮੀਦ ਆ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਬੂਥ ਨੂੰ ਜਿੱਤਾਂਗੇ ਬੂਥ ਜਿੱਤਾਂਗੇ ਕਿਉਂਕਿ ਵਿਕਾਸ ਦੇ ਸਿਰ 'ਤੇ ਹੀ ਸਰ ਵੋਟਾਂ ਪੈਂਦੀਆਂ ਨੇ ਬਿਲਕੁਲ ਜੀ ਤੁਸੀਂ ਪਿੰਡ ਦੇ ਵਿੱਚ ਘੁੰਮ ਕੇ ਦੇਖ ਲਓ ਹਾਂਜੀ ਕੋਈ ਇਹੋ ਜਿਹੀ ਗਲੀ ਤੁਹਾਨੂੰ ਨਹੀਂ ਮਿਲੇਗੀ ਜਿਹੜੀ ਕਿ ਨਹੀਂ ਪੱਕੀ ਹਾਂਜੀ ਹਾਂਜੀ ਦੇਖ ਲਿਆ ਸਰ ਅਸੀਂ ਦੇਖਿਆ ਜੀ ਠੀਕ ਹਾਂ ਦੇਖ ਲਿਆ ਅਸੀਂ ਅਤੇ ਅੱਛਾ ਜੀ ਹੋਰ ਬਾਕੀ ਸਰ ਜਿੱਦਾਂ ਮੰਨ ਲਓ ਕਿ ਇਹ ਇਲੈਕਸ਼ਨ ਐੱਮ ਐੱਲ ਏ ਦੀ ਲੰਘ ਗਈ ਐੱਮ ਐੱਲ ਏ ਦੀ ਇਲੈਕਸ਼ਨ ਤੋਂ ਬਾਅਦ ਫਿਰ ਸਾਲ ਡੇਢ ਸਾਲ ਬਾਅਦ ਫਿਰ ਸਰਪੰਚੀ ਦੀ ਇਲੈਕਸ਼ਨ ਵੀ ਆਉਂਦੀ ਆ ਹਾਂਜੀ ਅਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਆਪਣੀ ਕੀ ਤਿਆਰੀ ਹੈ ਦੇਖੋ ਜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਆ ਕਿ ਪਹਿਲਾਂ ਸਭ ਤੋਂ ਪਹਿਲਾਂ ਐੱਮ ਐੱਲ ਏ ਬਣਨੇ ਆ ਜੇ ਸਰਕਾਰ ਬਣੇਗੀ ਫਿਰ ਸਰਪੰਚੀ ਦੀ ਤਿਆਰੀ ਹੋਣੀ ਆ ਉਹ ਹੁਣ ਤੋਂ ਤਾਂ ਪਹਿਲਾਂ ਤਾਂ ਸਾਡਾ ਐੱਮ ਐੱਲ ਏ ਦੀ ਇਲੈਕਸ਼ਨ ਵੱਲ ਧਿਆਨ ਵੈਰੀ ਕਿ ਜੇਕਰ ਸਰਕਾਰ ਹੈ ਤਾਂ ਫਿਰ ਹੀ ਸਰਪੰਚ ਬਣਨ ਦਾ ਫਾਇਦਾ ਹੈ ਅਤੇ ਬੈਨੀਫਿਟ ਵੀ ਤਾਂ ਹੀ ਮਿਲਦਾ ਹੈ ਅਤੇ ਜੇਕਰ ਸਰਕਾਰ ਨਹੀਂ ਤਾਂ ਫਿਰ ਬੈਨੀਫਿਟ ਵੀ ਕਾਹਦਾ ਹੈ ਅਤੇ ਇਸ ਕਰਕੇ ਵਾਕਿਆ ਪਹਿਲਾਂ ਆਪਾਂ ਸਰਕਾਰ ਜਿਤਾਈਏ ਉਸ ਤੋਂ ਬਾਅਦ ਆਪਾਂ ਸਰਪੰਚ ਵੱਲ ਸੋਚੀਏ ਅਤੇ ਸਾਡੇ ਤਾਂ ਹਲਕਾ ਡੇਰਾ ਬਾਬਾ ਨਾਨਕ ਜੀ ਨੂੰ ਹਾਰ ਬਦਲੀ ਕਰਤੀ ਹੈ ਸੰਗੀਤ ਰੰਧਾਵਾ ਨੇ ਅਤੇ ਕੋਰੀਡੋਰ ਵੀ ਉਹਨਾਂ ਨੇ ਖਲੋਇਆ ਸੋ ਅਸੀਂ ਤਾਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਹਾਂ ਕਿ ਸਾਨੂੰ ਤਾਂ ਕੋਈ ਸ਼ਿਕਾਇਤ ਸ਼ਿਕਵਾ ਨਹੀਂ ਹੈ ਸਰਕਾਰ ਠੀਕ ਹੈ ਧੰਨਵਾਦ ਹੈ ਸਰ ਪੰਜਾਬ ਸੁਪਰ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਡੀਓ